ਅੱਜ ਤੁਹਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਚਾਰ ਵਾਲਾ ਆ ਗਿਆ ਔਰ ਸਾਡੇ ਬੜੀਆਂ ਸਾਰੀਆਂ ਆਂਟੀਆਂ ਨੇ ਜਿਹਨਾਂ ਨੂੰ ਅਚਾਰ ਬਹੁਤ ਪਸੰਦ ਹੁੰਦੇ ਆ, ਫੈਮਿਲੀ ਨੂੰ ਅਚਾਰ ਪਸੰਦ ਹੁੰਦੇ, ਤੁਸੀਂ ਵੀ ਕੋਈ ਅਚਾਰ ਲੈਣਾ ਤੇ ਤੁਸੀਂ ਆਰਡਰ ਕਰ ਸਕਦੇ, ਮੈਂ ਤੁਹਾਡਾ ਆਰਡਰ ਲਿਖ ਦਿੰਦਾ, ਪੈਸੇ ਦੀ ਟੈਨਸ਼ਨ ਨਾ ਲਓ, ਬਿਲਕੁਲ ਵੀ ਟੈਨਸ਼ਨ ਲੈਣੀ, ਪੈਸੇ ਮੈਂ ਮੰਗਵਾ ਲੈਣੇ ਤੁਹਾਡੇ ਤੋਂ, ਐਂ ਨਹੀਂ ਟੈਨਸ਼ਨ ਲੈਣੀ, ਮੈਂ ਬਸ ਚਾਰ ਲਿਖ ਲੈਣਾ ਜਿਹੜਾ ਜਿਹੜਾ ਤੁਸੀਂ ਲੈਣਾ, ਫੋਨ ਕਰੋ ਸਾਨੂੰ ਦੱਸੋ ਕਿਹੜਾ ਚਾਰ ਲੈਣਾ, ਆਪਾਂ ਹੁਣੇ ਆਰਡਰ ਕਰ ਲੈਂਦੇ ਆ ਤੇ ਬਾਹਰ ਨੇ, ਤੇ ਫਿਰ ਕੀ ਹੋਇਆ, ਬਾਹਰ ਚਾਰ ਬਾਹਰ ਕਿਵੇਂ ਜਾਏਗਾ ਜੀ, ਭੇਜਿਆ ਜਾਏਗਾ ਜੀ, ਬਾਹਰ ਵੀ ਭੇਜਿਆ ਜਾਏਗਾ, ਬਾਹਰ 8 9 ਜਣੇ 10 12 ਕਰੋੜ ਬੰਦਾ ਚੱਲ ਜਾਂਦਾ, ਚਾਰ ਨਹੀਂ ਜਾਣਗੇ ਨਾ, ਉਹ ਚਾਰ ਬੰਦੇ ਨਾਲ ਕੀ ਪ੍ਰੋਬਲਮ ਹੈ ਤੈਨੂੰ, ਓਏ ਚਾਰ ਨਹੀਂ ਜਾਣਾ, ਕਿਹੜਾ ਚਾਰ, ਆ ਜਿਹੜਾ ਦੇਣਾ ਆ ਆ ਚਾਰ ਹੁੰਦਾ ਏ, ਆ ਚਾਰ ਹੀ ਕਿਹਾ, ਤੂੰ ਚਾਰ ਕਹਿਣ ਦੇ, ਪੰਜਾਬੀ ਹੈ ਜੀ, ਦੋ ਵਾਰ ਨਿਕਲ, ਪੰਜਾਬੀ ਨਹੀਂ ਹੁੰਦਾ, ਪੰਜਾਬੀ ਹੁੰਦਾ, ਆ ਗਿਆ ਆਪ ਜੀ ਦੇ ਥਾਣੇ ਵਿੱਚ, ਆ ਗਿਆ ਅਚਾਰ ਵਾਲਾ ਵੀਰ, ਆ ਗਿਆ ਆ ਗਿਆ, ਕੀ ਕਰੀ ਫਿਰ, ਆ ਗਿਆ ਤੇ ਇਹਨੇ ਜਾਣਾ ਕਦੋਂ, ਸਾਈ ਦਿਓ ਜੀ ਮੈਨੂੰ ਚਾਹ ਬਣਾਈ ਆਪਾਂ ਤੁਹਾਡਾ, ਮੇਰੇ ਤਾਈ ਕੋ ਸਾਈ ਲੈ ਜਾ, ਓਏ ਸਾਈ ਚੁੱਪ ਕਰਕੇ ਬੈਠਾ ਰਹਿ ਇੱਥੇ, ਸਾਈ ਫੜਾਵਾਂ ਤੈਨੂੰ, ਜੇ ਪੈਸੇ ਲੈ ਕੇ ਭੱਜ ਗਿਆ ਫਿਰ ਜੀ, ਹਾਂ ਯਾਰ ਇਹ ਵੀ ਗੱਲ ਹੋ ਸਕਦੀ, ਵੈਸੇ ਯਾਰ ਮੈਂ ਕਿਉਂ ਭੱਜਾਂਗਾ, ਪੈਸਿਆਂ ਦਾ ਮੈਂ ਚਾਰ ਪਾਉਣਾ, ਹਾਲਾਂਕਿ ਤੂੰ ਮੈਨੂੰ ਬੋਲਣ ਨਹੀਂ ਦਿੱਤਾ, ਪਰ ਗੱਲ ਹੈਗੀ ਆ, ਪਹਿਲੇ ਤੈਨੂੰ ਲੱਗਾ ਕਿ ਮੈਂ ਐਡਵਾਂਸ ਦੇ ਦਵਾਂ, ਐਡਵਾਂਸ ਦੇ ਦੋ ਜੀ, ਮੇਰਾ ਵੀ ਇਦਾਂ ਹੀ ਹੋਇਆ ਸੀ, ਹਾਂ ਚੱਲ ਚੱਲ ਯਾਰ, ਸਿੰਪਲ ਹਾਂ ਸਿੰਪਲ ਦੇਖ ਲਓ ਜੀ, ਐਡਾ ਵੀ ਨਹੀਂ ਆ ਸਾਉਂਡ ਦੇ ਗੱਲ ਸੁਣਾ, ਹਾਂ ਯਾਰ ਮੈਂ ਪੈਸਿਆਂ ਦਾ ਚਾਰ ਪਾਉਣਾ, ਅੱਛਾ ਸਿਰੇ ਤੋਂ ਗੱਲ, ਓ ਯਾਰ ਪੂਰਾ ਦੇ ਡਾਇਲੌਗ ਬੋਲਣ ਦੋ, ਕਿਹੋ ਆਪਸ ਹੀ ਪੜ ਪਏ ਹੋ ਤੁਸੀਂ, ਯਾਰ ਅਸੀਂ ਪੈਸੇ ਦੇ ਦਾ ਚਾਰ ਪਾਉਣਾ, ਯਾਰ ਇਹ ਫਿਰ ਉੱਥੇ ਸ਼ੁਰੂ ਹੋ ਗਿਆ, ਤੂੰ ਗੱਲ ਚੇਂਜ ਵੀ ਕਰ ਲੈ ਨਾਲੇ, ਹਾਂ ਮਤਲਬ ਅਸੀਂ ਪੈਸੇ ਦਾ ਚਾਰ ਹੀ ਪਾਉਣਾ ਤੇ ਅਸੀਂ ਕਿਹੜਾ ਕਮੇਟੀਆਂ ਪਾਉਣੀਆਂ, ਇਹ ਤੇ ਸਰ ਉਹ ਗੱਲ ਹੋ ਗਈ ਕਿ ਅੰਬ ਵਾਲੇ ਨੂੰ ਕਿਹਾ ਕਿ ਤੂੰ ਇੱਥੇ ਅੰਬ ਲੈਣਾ, ਕਹਿੰਦਾ ਆਹੋ ਅੰਬ ਲੈਣਾ, ਮੈਂ ਕਿਹਾ ਤੂੰ ਕੀ ਅੰਬ ਦਾ ਚਾਰ ਪਾਉਣਾ, ਕਹਿੰਦਾ ਆਹੋ ਚਾਰ ਪਾਉਣਾ, ਗੱਲ ਤਾਂ ਸੇਮ ਹੀ ਨਿਕਲੀ ਨਾ, ਗੱਲ ਸੇਮ ਨਿਕਲੇ ਜਾਂ ਨਾ ਨਿਕਲੇ ਮੈਨੂੰ ਇਹਦੇ ਨਾਲ ਕੀ ਫਰਕ, ਚਾਰ ਕਿਹੜਾ ਕਿਹੜਾ ਜੀ ਪੁੱਛੋ ਜੀ, ਕਿਹੜਾ ਕਿਹੜਾ ਚਾਰ ਆ, ਅਚਾਰ ਆ ਤੇਰੇ ਕੋਲ, ਗੋਭੀ ਦਾ ਚਾਰ ਜੀ, ਹਾਂ ਗੋਭੀ ਦਾ ਚਾਰ, ਅੱਛਾ ਕਰੇਲਿਆਂ ਦਾ ਚਾਰ, ਅਦਰਕ ਦਾ ਚਾਰ, ਅੱਛਾ ਚੱਲ ਇਹ ਛੱਡ, ਨਿੰਬੂ ਦਾ, ਨਿੰਬੂ ਦਾ, ਹਾਂ ਨਿੰਬੂੜਾ ਨਿੰਬੂ ਦਾ, ਨਿੰਬੂ ਦਾ ਚਾਰ ਮੈਂ ਕਹਿੰਦਾ ਹੈਗਾ, ਉੱਤਰ ਕਹੇ ਨਿੰਬੂ ਦਾ ਹੀ ਮੈਨੂੰ ਲੱਗਦਾ, ਓਏ ਕਲੀਅਰ ਗੱਲ ਕਰ, ਤੂੰ ਫਿਰ ਡਾਇਲੌਗ ਪਹਿਲਾਂ ਲੈ ਲਿਆ ਨਾ, ਨਹੀਂ ਹਜੇ ਮੈਂ ਉਹਨੂੰ ਇਹ ਪੁੱਛਣਾ ਸੀ ਕਿ ਤੇ ਕਿੰਨੇ ਦਾ ਲਾਏਗਾ, ਫਿਰ ਤੂੰ ਪੁੱਛਣਾ ਹੀ ਮੈਨੂੰ, ਕਹੇ ਮੈਂ ਅੰਬ ਲਾਵਾਂਗਾ ਇਦਾਂ, ਉਹ ਲਾਵਾਂਗਾ ਇਦਾਂ, ਫਿਰ ਤੂੰ ਕਹਿਣਾ ਸੀ ਨਿੰਬੂੜਾ ਨਿੰਬੂੜਾ, ਚਲੋ ਅਗਲੀ ਵਾਰੀ ਅਗਲੇ ਐਪੀਸੋਡ 'ਚ ਇਹੀ ਸਕ੍ਰਿਪਟ ਕਰਨੀ ਆ, ਤੂੰ ਆ ਜਾ ਹੁਣ ਇੱਥੇ, ਹਾਂ ਹਾਂਜੀ, ਉਹ ਸਾਨੂੰ ਲਾਏਗਾ ਕਿੱਦਾਂ, 2000 ਦਾ ਜੀ, ਕੀ ਚਾਰ, ਹੁਣ ਤੂੰ ਫੇਰ ਆਪਣਾ ਡਾਇਲੌਗ ਨਹੀਂ ਲਿਆ, ਲਾਵਾਂਗੇ ਕਿੱਦਾਂ ਕੀ, ਚਾਰ ਲਾਵਾਂਗੇ ਜੀ ਮੈਂ, ਕਿੱਦਾਂ ਏਦਾਂ ਬਸ ਜੀ, ਤੁਸੀਂ ਕਿਹਾ ਚਾਰ ਕਿੱਦਾਂ ਲਾਓਗੇ, ਮੈਂ ਕਿਹਾ 2000 ਦਾ, ਬੇਟਾ ਲੀਚੀ ਤੇ ਬੈਠੇ ਹੋਏ ਕਿਸੇ ਗੰਦੇ ਭੂੰਡ ਵਰਗਾ ਮੂੰਹ ਆ ਤੇਰਾ, ਅੰਬ ਤਾਂ ਕਿਵੇਂ ਲਾਏਗਾ, ਐਂ ਕਹਿਣਾ ਜੀ, ਹਾਂ ਅੰਬ ਕਿਵੇਂ ਲਾਏਗਾ, ਉਹ ਮੈਂ ਸੋਟੀ ਨਾਲ ਲਾਉਂਗਾ ਤੇ ਮਿਰਚਾਂ ਮੈਂ ਹੱਥ ਨਾਲ ਲਾਉਂਗਾ, ਤੇ ਹੱਥ ਨਾਲ ਲਾ ਕੇ ਬਾਅਦ ਚ ਕਿੱਦਾਂ ਲਾਏਗਾ, ਫਿਰ ਮੈਂ ਕਰਦ ਨਾਲ ਕੱਟ ਕੇ ਪਾਉਂਗਾ, ਕਰਦ ਉਹ ਮਰਦ ਹਜੇ ਵੀ ਕਰਦ ਕਹਿਣਾ, ਨਾਈਫ ਨਹੀਂ ਕਹਿਣਾ ਆਉਂਦਾ ਤੈਨੂੰ, ਸੋਰੀ ਜੀ ਮੈਨੂੰ ਕਨਾਈਫ ਕਹਿਣਾ ਨਹੀਂ ਆਉਂਦਾ, ਅੱਛਾ ਕਨਾਈਫ ਕਹਿੰਦਾ ਜੀ, ਕਨਾਈਫ, ਹਾਂਜੀ ਚਲੋ ਠੀਕ ਆ, ਚੀਬੀ ਕਨਾਈਫ ਵਰਗਾ ਮੂੰਹ ਆ ਪੁੱਤਰ ਤੇਰਾ, ਤੇਰਾ ਵੀ ਸਿਰ, ਥੋੜੀ ਸਿੱਧੀ ਕਰੋ ਮੇਰਾ ਵਧੀਆ ਆ, ਅੱਛਾ ਥੋੜੀ ਸਿੱਧੀ ਕਰ ਲਈ, ਐਨੀ ਕੁ ਰੱਖੀ, ਹਾਂਜੀ ਹੋਰ ਨਾ ਕਹਿਸਾ, ਛੋਟਾ ਜਿਹਾ ਸਾਡਾ ਹੈ ਬਦਾਂਦਾ ਪਾਲੀ ਜੀ, ਛੋਟਾ ਜਿਹਾ ਸਾਡਾ ਹੈ ਬਰਾਂਡਾ ਪਾਲੀ ਜੀ, ਜਲੰਧਰ ਤੋਂ ਦੂਰ ਨਹੀਂ ਓ ਟਾਂਡਾ ਪਾਲੀ ਜੀ, ਗੱਲ ਸੁਣ ਲਓ ਇੰਸਪੈਕਟਰ ਪਾਲੀ, ਇਹਦਾ ਮੂੰਹ ਏ ਜੀ ਮੇਰੇ ਹੁੰਦੀ ਟੁੱਟੀ ਥਾਲੀ, ਧਿਆਨ ਜਿਹਾ ਲਾ ਕੇ ਵੇਖ ਲੋ, ਜੇ ਤੁਹਾਨੂੰ ਵਿਸ਼ਵਾਸ ਹੈ ਨੀ ਮੇਥੇ ਤੇ ਟੁੱਟੀ ਥਾਲੀ ਮੰਗਾ ਕੇ ਵੇਖ ਲੋ, ਮੈਂ ਕਿਹਾ ਕਿਤੇ ਤੁਸੀਂ ਐਂ ਕਹਿਣਾ ਸੀ, ਜਿੱਦਾਂ ਤੂੜੀ ਦੀ ਹੈ ਭਾਰੀ ਏ ਟਰਾਲੀ, ਦੁਬਾਰਾ ਮੈਂ ਕਿਹਾ ਕਿਤੇ ਤੁਸੀਂ ਏਦਾਂ ਕਹਿਣਾ ਸੀਗਾ ਵੀ ਗੱਲ ਸੁਣੋ ਇੰਸਪੈਕਟਰ ਪਾਲੀ, ਨੀਰੀ ਤੂੜੀ ਦੀ ਹੈ ਭਾਰੀ ਏ ਟਰਾਲੀ, ਤੇ ਕੋਈ ਥਾਲੀ ਮੰਗਾ ਕੇ ਵੇਖ ਲੋ,
ਤੇ ਜੇ ਤੈਨੂੰ ਪਤਾ ਹੀ ਪੈ ਗਈ ਇਹ ਜ਼ਰੂਰੀ ਹੀ ਅੱਗੋਂ ਕਬਰ ਪਾਣਾ ਵੈਸੇ ਹੀ ਜੇ ਗਾਤਾ ਪਾਟੀ ਤਰਪਾਲ ਪਾਣੀ ਸ਼ੁਰੂ ਕਰਤੀ ਪੁੱਤਰ ਪਹਿਲੇ ਸੀਤ ਤੇ ਲੈਂਦਾ ਉਹਨੂੰ ਚੰਗੀ ਤਰ੍ਹਾਂ ਬਾਜੀ ਬਾਜੀ ਕਿਣ ਕਿਸੇ ਬਾਜੀ ਬਾਜੀ ਕਿਣ ਕਿਸੇ ਖਟ ਕੇ ਲਿਆਂਦੀ ਸਵਾਰੀ ਮਾਰ ਉਡਾਰੀ ਨੇ ਕੁੱਗੀ ਮਾਰ ਉਡਾਰੀ ਬੇਟਾ ਨੇ ਕੁੱਗੀ ਇਹ ਕਿਹਾ ਕਾਲੇ ਕਾਂ ਗੰਦੇ ਕਬੂਤਰ ਉਹ ਨਹੀਂ ਕਹੇ ਉਹਨਾਂ ਨੇ ਉਹ ਵੀ ਨੱਚ ਰਹੇ ਨਿੱਕੇ ਸੂਰ ਉਹ ਨਹੀਂ ਕਹੇ ਉਹਨਾਂ ਨੇ ਉਹ ਵੀ ਨੱਚ ਰਹੇ ਸੀ ਓਏ ਉਹ ਤੇ ਕੁੱਗੀ ਲੱਗਦੀ ਤੂੰ ਕੁੱਗੀ ਲੱਗਣਾ ਕਿਦੋਂ ਨਹੀਂ ਜੀ ਅਰਜੁਨ ਰਾਮਪਾਲ ਦਾ ਛੋਟਾ ਮੁੰਡਾ ਲੱਗਦਾ ਨੱਚ ਲੈਣ ਦੋ ਕਰ ਲੈਣ ਦੋ ਕੀ ਅਰਜੁਨ ਰਾਮਪਾਲ ਦੇ ਛੋਟੇ ਮੁੰਡੇ ਹਾਂਜੀ ਨਾਮ ਕੀ ਅਰਜੁਨ ਰਾਮਪਾਲ ਜਿਉਣਾ ਪੁੱਤਰ ਅਰਜੁਨ ਰਾਮਪਾਲ ਨੇ ਨਾ ਬੰਬੇ ਬੈਠੇ ਲੱਤ ਮਾਰਨੀ ਤੇਰੇ ਚੋਦੀ ਆ ਵੀ ਜਾਣੀ ਇੱਥੋਂ ਤੱਕ ਨਹੀਂ ਹੋਣੀ ਜੀ ਲੰਬਾ ਬਹੁਤ ਆ ਉਹ ਕੁਛ ਹੋਰ ਆਇਆ ਉਹਨਾਂ ਵਾਸਤੇ ਗੱਦ ਨਹੀਂ ਸਿਰਨ ਕੁੱਗੀ ਨਹੀਂ ਡਾਉਂਗੇ ਗਾਓ 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 ਬਾਰੀ ਬਰਸੀ ਕਰਨ ਕਿਸੇ ਬਾਰੀ ਬਰਸੀ ਕਰਨ ਕਿਸੇ ਖਟ ਕੇ ਲਿਆਂਦੀ ਸਵਾਰੀ ਸਵਾਰੀ ਮਾਰ ਉਡਾਰੀ ਮੈਂ ਕੁੱਗੂਆ ਮਾਰ ਉਡਾ ਹੱਸਦਾ ਕਿਦਾਂ ਮੂੰਹ ਵੀ ਕੁੱਗੂ ਵਰਗਾ ਬਣਾ ਲੈਂਦਾ ਅੱਗੋ ਜਦੋਂ ਕਹਿ ਦਿੱਤਾ ਕੁੱਗੂ ਬਣਾਉਣਾ ਪੈਂਦਾ ਜੀ